ਵੱਡਾ ਵੋਟ ਬਾਸਾ ਸ਼ਾਹ ਦਾ ਵੱਡਾ ਵੋਟ ਬਾਲਟੀ ਦਾ ਛੋਟਾ ਵੋਟ ਤੁਹਾਡੀ ਮਰਜ਼ੀ ਬਾਬਾ ਮੇਰੀ ਗੱਲ ਸੁਣੋ ਮੇਰੀ ਹਕੀਕਤ ਸੁਣ ਇਹ ਜਿਹੜੇ ਸਾਰੇ ਮੁਖਾਲਿਫ ਚੰਦ ਦੇਖ ਰਲਤੇ ਉਨਕੁ ਲੱਗੇ ਪੈਣ ਓਏ ਜਿਹੜੀ ਸ਼ਾਇਦ ਮਰਜ਼ੀ ਕਰ ਤੇਰੀ ਵਜ੍ਹਾ ਨੂੰ ਫਾਰਮ ਚੁਰੂ ਠੀ ਰਖੜਾ ਗੱਲ ਸੁਣੋ ਜਿਹੜੇ ਲੋਕ ਆਖਦੇ ਕਿਆ ਇਹ ਚਾਹੁੰਦੇ ਕਿ ਮੈਂ ਆਪਣੇ ਭਰਾ ਨਾਲ ਲੜ ਪਵਾ ਦੂ ਪਹਿਲਵਾਨ ਲੜਦੇ ਤੇ ਵੱਲ ਲੜਾਈ ਥੀਂਦੀ ਹੈ ਨਾ ਜੀ ਵੇਲੇ ਮੈਂ ਹਾਰ ਮੰਨੀ ਪਿਆ ਕੀ ਇਹਦੀ ਲੜਾਈ ਤੇ ਮੈਂ ਅੱਜ ਤੱਕ ਸਖਤ ਲਫ਼ਜ਼ ਇਸਤੇਮਾਲ ਨਹੀਂ ਕੀਤੇ ਅੱਲਾਹ ਹਜ਼ਾਰ ਵਾਰੀ ਤੌਬਾ ਹੈ ਮੈਂ ਆਪਣੇ ਮੁਖਾਲਫਾਂ ਕੋ ਆਖਦਾ ਪਿਆ ਅੱਲਾ ਵਾਸਤੇ ਮੇਰੇ ਭਰਾ ਦਾ ਪਿੜ ਛੋੜ ਵਨੋ ਨਾ ਤੇ ਅਗਰ ਅੱਲਾ ਨੇ ਮੇਰੇ ਕੋ ਕਾਮਯਾਬੀ ਦਿੱਤੀ ਤੁਹਾਡੇ ਹਿੱਕ ਹਿੱਕ ਨੂੰ ਪੁੱਛਾਂ ਮੈਂ ਬਾਬਾ ਵਲਾਗ ਦਾ ਪਿਆ ਵੱਡਾ ਵੋਟ ਕਿਹੜਾ ਛੋਟਾ ਜਿਹੜਾ ਦਿਲ ਅੱਜ ਤੱਕ ਤੁਹਾਡੀ ਮਿਹਰਬਾਨੀ ਹੈ ਤੁਸੀਂ ਅੱਜ ਤੱਕ ਮੇਰੇ ਵੋਟ ਨਹੀਂ ਮੰਗਣ ਦਿੱਤਾ ਤੁਹਾਡਾ ਅਹਿਸਾਨ ਹੈ ਅੱਲਾ ਤੁਹਾਨੂੰ ਖੁਸ਼ ਰੱਖੇ ਮੈਂ ਤੁਹਾਨੂੰ ਅੱਛਾ ਇੱਕ ਮੇਰੀ ਅਰਜ਼ ਮੇਰੇ ਵਾਸਤੇ ਦੁਆ ਤੇ ਕਰਾਏ ਕੱਲਾ ਨੰਨੀ ਜੀ ਜਾਨ ਅਲੀਪੁਰ ਲੜਦਾ ਪਿਆ ਮੁਜ਼ੱਫਰਗੜ੍ਹ ਲੜਦਾ ਪਿਆ ਤੇ ਮੈਂ 275 ਕੋਲੋਂ ਦਰਖਾਸਤ ਵਿਦਡਰਾ ਕੀਤੀ ਮੰਨੋ ਮਜ਼ੇ ਕਰ ਚੁੰਨੂ ਕੋ ਮੇਰੀ ਤਰਫੋਂ ਮੁਬਾਰਕ ਦੇ ਦੇ ਆਏ ਤੇ ਇਤਨਾ ਹੀ ਫਰੈਂਕ ਨਾ ਦਿਓ ਔਰਤ ਕੋ ਵੋਟ ਦੇਣਾ ਹਰਾਮ ਹੈ ਦੀਨ ਦੇ ਮੁਤਾਬਿਕ ਤੁਰਸਾਂ ਅੱਲਾ ਤੇ ਉਹਦੇ ਰਸੂਲ ਦੀ ਗਾਲ ਕੋ ਮੁਨਾਫੀ ਗਾਲ ਦੇ ਉੱਤੇ ਨਾ ਤੁਰਸਾਂ ਬੇਸ਼ੱਕ ਗਿੱਚੀ ਲੈ ਮਨੇ ਤੁਹਾਨੂੰ ਪਤਾ ਹੈ ਨਾ ਹੀ ਸ਼ਾਇਦ ਮੈਂ ਅੱਜ ਤੱਕ ਦੀਨ ਦੇ ਮੁਖਾਲ 7 ਸਾਲ ਪਹਿਲੇ ਬਹੁਤ ਟੁਰ ਰਿਹਾ ਹੁਣ ਨਾ ਟੁਰਸਾਂ ਹੈ ਅੱਬਾ 184 ਦਿੱਤੇ ਦੇ ਦੇਣਾ ਤੇ ਬਾਬਾ ਓਏ ਮੇਰੀ ਗੱਲ ਸੁਣੋ ਮੇਰੇ ਕੋ ਪਤਾ ਚੱਲ ਗਿਆ ਅਲਹਮਦੁਲਿਲਾ 25 ਕੋ ਹੈ 26 ਕੋ ਹੈ 25 ਕੋ ਹੈ 25 ਕੋ ਇਲੈਕਸ਼ਨ ਇਸ ਸਾਲ ਜਿੱਤੇ ਪਿਓ ਅਲਹਮਦੁਲਿਲਾ ਬਾਬਾ ਮੇਰੀ ਇਮਦਾਦ ਅਲੀਪੁਰ ਤੇ ਕਰਾਓ ਅੱਲਾ ਵਾਸਤੇ ਓਏ ਮੇਰੀ ਪੋਜੀਸ਼ਨ ਇੰਨੀ ਚੰਗੀ ਨਹੀਂ ਬੇਸਤਾ ਦੀ ਵੈਸਾ ਇਮਦਾਦ ਕਰਾਓ ਇਨਸ਼ਾਅੱਲਾ ਖਾਣਾ ਖਾ ਕੇ ਬਣਾਏ ਮੇਰੇ ਕੋ ਪਤਾ ਇੱਥੇ ਇਲਜ਼ਾਮ ਤੇ ਅਸਾਂ ਇਹ ਤੇ ਕੁੜੀ ਗਾਲੀਆਂ ਕਰੇ ਦੇ ਪੈਣ ਮੈਂ ਇਲਜ਼ਾਮ 1000 ਦਾ ਕੀਤਾ ਇੱਕ ਇੱਥੇ ਕੰਮ ਵੱਧ ਗਿਆ ਮੇਰੇ ਕੋ ਮਾਫ ਕਰਾਏ ਲੇਕਿਨ ਓਏ ਬਾਕੀ ਜਾ ਕੇ ਖਾਣਾ ਮੰਗਵਾਓ ਹੈ ਔਰ ਨਹੀਂ ਨਹੀਂ ਚਾਵਲ ਖਾ ਤੇ ਵੇਸੋ ਤੇ ਹੈ ਪਾਗਲ ਸਮਝਦੇ ਗੱਲ ਸੁਣੋ ਇਹਨਾਂ ਕੋ ਨਾਲ ਚਲਾਈ ਰੱਖੇ ਨਾ ਮੇਰੇ ਕੋ ਪਾਗਲ ਸਮਝਦੇ ਓਏ ਕੜਾਈ ਮੈਂ ਆਪਣੇ ਵਿਰਾਹ ਕੋ ਛੋੜ ਸਕਦਾ ਤੁਸੀਂ ਸੋਈ ਮਾਰ ਗੱਲ ਸੁਣੋ ਤੁਹਾਡੇ ਕੋਲ ਅੱਜ ਤੱਕ ਕੜਾਈ ਬੱਸ ਸਿੰਘ ਆਏ ਤੁਹਾਡੇ ਨਾ ਜਾਣ ਦੇ ਜੀ ਜੀ ਕੋ ਮੈਂ ਸਲਾਮ ਕਰੇ ਨਾ ਤੁਹਾਨੂੰ ਪਤਾ ਨਾ ਮੈਂ ਸਾਰਾ ਕੋਈ ਜਾਣਦਾ ਤੁਸੀਂ ਮੇਰੇ ਕੋ ਜਾਣਦੇ ਹੋ ਨਾ ਅਸਾਂ ਹਮੇਸ਼ਾ ਕਿਆ ਆਖੇ ਪਹਿਲਾ ਵੋਟ ਕੀਦਾ ਮੇਰੇ ਕੋਲੋਂ ਵੱਧ ਵੋਟ ਕੀਦਾ ਇੰਤਖਾਬੀ ਨਿਸ਼ਾਨ ਕਿਆ ਇਹ ਵਾਰੀ ਵਾਰੀ ਮੇਰੇ ਨਾਲ ਲੱਗਦਾ ਪਿਆ ਬਸ ਇਸ਼ਾਰਾ ਰਾਜਨੀਤੀ ਨਾ ਤੇ ਗੱਲ ਸੁਣੋ ਅਗਰ ਨਾ ਵੀ ਆਖਦਾ ਤਾਂ ਕਿਆ ਕਰੇਂਦੇ ਇਹੋ ਕੁਛ ਕਰੇਂਦੇ ਨਾ
ਜਿਹੜਾ ਮੇਰਾ ਦੋਸਤ ਹੈ ਉਹ ਕਢਾਈ ਬੁਖਾਰੀ ਗਰੁੱਪ ਦਾ ਮੁਖਾਲਿਫ ਨਹੀਂ ਥੀ ਸਕਦਾ। ਅਸਾਂ ਖੈਰ ਖਾ ਬੁਖਾਰੀ ਗਰੁੱਪ ਤੋਂ ਗਰੁੱਪ ਹੈ ਤੇ ਹਰ ਸ਼ਾਇਦ ਤੇ ਤੁਹਾਨੂੰ ਮੈਂ ਇੱਕ ਐਡਵਾਂਸ ਗੱਲ ਦੱਸਾ ਰਹੇ ਹਾਂ, ਇੱਜ਼ਤ ਜ਼ਿਲਤ ਮੇਰੇ ਅੱਲਾਹ ਦੇ ਹੱਥ ਵਿੱਚ, ਅਗਰ ਅੱਲਾਹ ਨੇ ਇੱਜ਼ਤ ਦਿੱਤੀ ਇਨਸ਼ਾਅੱਲਾ ਤਾਲਾ ਮੁਸਲਿਮ ਲੀਗ ਨੂੰ ਗੌਰਮੈਂਟ ਬਣੇਗੀ ਪਈ ਹੈ ਤੇ ਸ਼ਹਿਬਾਜ਼ ਸ਼ਰੀਫ ਦਾ ਵਾਅਦਾ ਹੈ, ਹਾਊਸਿੰਗ ਮਿਨਿਸਟਰੀ ਵੀ ਦੇਸੀ, ਹੋਮ ਮਿਨਿਸਟਰੀ ਵੀ ਦੇਸੀ, ਬਾਬਾ ਮੇਰੇ ਜਿਤਨੇ ਇਤਿਹਾਦ ਗਰੁੱਪ ਵਾਲੇ ਵੀ ਹਨ ਮੈਂ ਉਹਨਾਂ ਕੋਲ ਇੱਥੇ ਆਇਆ, ਅਲਹਮਦੁਲਿਲਾ ਉਹ ਜਲਦ ਖੁਸ਼ਖਬਰੀ ਸੁਣ ਸਕਦਾ। ਬਾਬਾ ਜਿਹੜੇ ਰਾਣਾ ਬਿਰਾਦਰੀ ਆਈ ਡਾਕਟਰ ਸਲਾਮ ਬਾਕੀ ਅਲਹਮਦੁਲਿਲਾ ਉਹਨਾਂ ਨੇ ਵੀ ਐਲਾਨ ਕਰ ਦਿੱਤੇ ਮੁਬਾਰਕ। ਬਾਬਾ ਜਿਹੜੇ ਬੇਨਰਾਜ਼ ਬੈਠੇ ਮੈਂ ਉਹਨਾਂ ਕੋਲ ਹੀ ਮੰਨਣ ਵਾਸਤੇ ਤਿਆਰ ਹਾਂ, ਮੇਰੇ ਘਰ ਦੇ ਦਰਵਾਜ਼ੇ ਖੁੱਲ੍ਹੇ ਪਿਆਰ ਬਾਈ ਮੇਰਾ ਹਮੇਸ਼ਾ ਆਉਂਦੇ ਪਿਆਰ ਮੁਹੱਬਤ ਨਾਲ ਰਾਸੂ ਇਕੱਠੇ ਰਾਸੂ। ਬਾਬਾ ਸ਼ਾਹ ਸੁਲਤਾਨ ਜੀ ਨੂੰ ਸ਼ਾਹ ਸੁਲਤਾਨ ਵਾਸਤੇ ਰਾਸੂ, ਮਾਹੌਰ ਵਾਸਤੇ ਨਾ ਰਾਸੂ। ਹੁਣ ਆਪਸ ਬੈਠੂ ਕਹਿੰਦਾ ਜਿਲ੍ਹਾ ਨਹੀਂ ਕਰਨਾ, ਅਸਤਖੁੱਲਾ ਅਸਤਖੁੱਲਾ ਸਾਰੇ ਕਾਬੇ ਪੁਰਾਣੇ ਯਾਰ ਸਾਡੇ ਉੱਤੇ ਤਰਸ ਖਾਓ, ਜੀ ਬੰਦੇ ਨੇ ਅੱਜ ਤੱਕ ਆਪਦੇ ਕਹਿਣ ਦੇ ਨਾਲ ਹੱਥ ਨਹੀਂ ਮਿਲਾਇਆ, ਅੱਜ ਉਹ ਵੀ ਇਲੈਕਸ਼ਨ ਲੜਨ ਆਏ ਬੰਦੇ। ਮੇਰੀ ਗੱਲ ਸੁਣੋ, ਕਿਆ ਇਹ ਅਜ਼ਾਨ ਹੋ ਰਹੀ? ਹਾਂ ਬਸ ਮਸਲ ਕਰ, ਕਿਆ ਇਹ ਚੰਗਾ ਲੱਗਦੇ ਕਿ ਜਿਵੇਂ ਇਲੈਕਸ਼ਨ ਆਉਣੇ ਜੱਕਿਆਂ ਦੇ ਜਨਾਜ਼ੇ ਚ ਆਏ? ਕਿਉਂ ਪਤਾ ਅਪਰ ਪੰਜਾਬ ਵਿੱਚ ਕਿਆ ਕਰੇ ਨੇ, ਜਿਹੜਾ ਸਿਆਸਤਦਾਨ ਇਹਨੇ ਆਪਦੇ ਕਰੇ ਨਾ ਸਾਰਾ ਵਜ਼ਨ ਉਹਦੇ ਉੱਤੇ ਪਾ ਦੇ ਨੇ, ਸਮਝ ਗਿਆ ਹੋ ਨਾ ਮੇਰੀ ਗੱਲ? ਬਾਬਾ ਮੇਰਾ ਅਜ਼ਾਨ ਸੁਣੀ ਪਈ ਹੈ, ਮੈਂ ਤੁਹਾਡੀ ਹਰ ਸ਼ਾਦੀ ਹਮੀ ਨੇ ਬੁੱਕ ਆਈ ਹੈ, ਸਿਰਫ ਪਿਛਲੇ ਸਾਲ ਡੇਢ ਸਾਲ ਤੋਂ ਨਹੀਂ ਬੁੱਕ ਆਈ ਨਾ, ਮੇਰਾ ਬਾਬਾ ਫੌਤ ਨਾ ਧਿਆਨ ਜਾਣਦੇ ਹੋ ਨਾ, ਈ ਅਬਦੁੱਲਾ ਸ਼ਾਹ ਨਾਲ ਇਵੇਂ ਅਜ਼ਾਨ ਸੁਣੀ ਪਈ, ਇਵੇਂ ਮੁਹੱਬਤ ਕਰੇ ਨਾ, ਮੈਂ ਯਾਰ ਵੀ ਹੋ ਆਈ, ਪਿਓ ਵੀ ਹੋ ਆਈ, ਮਾਂ ਵੀ ਹੋ ਆਈ, ਭੈਣ ਵੀ ਹੋ ਆਈ, ਦੋਸਤ ਵੀ ਹੋ ਆਈ। ਅੱਜ ਪਹਿਲੀ ਵਾਰੀ ਇਲੈਕਸ਼ਨ ਲੜਦਾ ਪਿਆ ਬਗੈਰ ਪਿਓ ਦੇ, ਵੱਡੇ ਬਿਰਾ ਤੁਹਾਡੇ ਕੋਲ ਕਿਆ ਕਰੇਗਾ? ਅੱਲਾ ਖੈਰ ਕਰੇ, ਪਾਕਿਸਤਾਨ ਪਾਈਨ ਦਾ ਪਾਕਿਸਤਾਨ। ਬੁਖਾਰੀ ਗਰੁੱਪ।